फास्टवे ट्रांसमिशन दे एमडी सरदार गुरदीप सिंह दे पिता सरदार जसवंत सिंह जो 19 सितंबर नूं अकाल चलाना कर गए सन उन्हां दे नमित अंतिम अरदास अते भोग समागम लुधियाणा दे गुरुद्वारा श्री दुख निवारण साहिब विच होया जिथे रागी जथियां वल्लों कीर्तन कीता गया। पंजाब दे साबका उप मुख्यमंत्री सरदार सुखबीर सिंह बादल समेत वड्डी गिनती विच राजनीतिक समाजिक अते धार्मिक जथेबंदियां दे आगुआं वल्लों पहुंच के सरदार गुरदीप सिंह नाल दुख सांझा कीता गया। इस मौके ते चढ़दीकला टाइम टीवी दे चेयरमैन सरदार जगजीत सिंह धरती भी मौजूद रहे। ਸਾਨੂੰ ਕੋਈ ਫਰਕ ਨਹੀਂ ਗੁੱਟ ਉਹ ਇਕੱਠੇ ਆ ਜਾਂ ਅਲੱਗ ਹੈ। ਅਕਾਲੀ ਦਲ ਬੀਜੇਪੀ ਦਾ ਸੰਗਠਨ ਸਾਰਾ ਪੂਰੇ ਡਟ ਕੇ ਲੱਗਿਆ, ਸਾਰੀਆਂ ਫੌਜਾਂ ਉੱਥੇ ਪਹੁੰਚ ਰਹੀਆਂ। ਘਰ ਘਰ ਅਸੀਂ ਜਾਵਾਂਗੇ, ਲੋਕਾਂ ਨੂੰ ਦੱਸਾਂਗੇ ਕਿ 6 ਮਹੀਨਿਆਂ 'ਚ ਕਿੰਨੀ ਬਰਬਾਦੀ ਪੰਜਾਬ ਦੀ ਇਹ ਸਰਕਾਰ ਨੇ ਲਿਆਂਦੀ ਹੈ। ਤੋ ਪੰਜਾਬ ਦੇ ਲੋਕਾਂ ਨੂੰ ਇਹ ਮੌਕਾ ਹੈ ਕਿ ਇਸ ਝੂਠ ਦੇ ਬੇਸਟ ਸਰਕਾਰ ਨੂੰ ਦੇ ਖਿਲਾਫ ਕੋਈ ਉਹ ਤਾਂ ਕੈਪਟਨ ਸਾਹਿਬ ਨੇ ਜਦੋਂ ਮੈਂ ਪਹਿਲੇ ਵੀ ਕਿਹਾ ਸੀ, ਪਿਛਲੀ ਵਾਰ ਵੀ 2002 ਤੋਂ 7 ਨੇ ਬਿਜਲੀ ਦੇ ਆਪਣੇ ਟਿਊਬਲਾਂ ਦੇ ਬਿੱਲ ਲਾਦੇ ਸੀ। ਆਹ ਜਿਹੜੀ ਸਰਕਾਰ ਬਣੀ ਹੈ ਝੂਠ ਦੇ ਸਿਰ ਤੇ ਬਣੀ ਹੈ। ਉਹਨੇ ਕਿਹਾ ਸੀ ਕਰਜ਼ਾ ਮਾਫ ਕਰ ਦੇਣ, ਘਰ ਘਰ ਨੌਕਰੀ ਦੇ ਦਾਂਗੇ, ਮੋਬਾਈਲ ਦੇ ਦਾਂਗੇ, ਦੇਣਾ ਕੁਛ ਨਹੀਂ ਸੀ ਪਰ ਸਰਕਾਰ ਬਣਾਉਣੀ ਸੀ।